ਨੂੰ ਹਾਇਰ ਕਰ ਲਿਆ ਟੀਚਰਸ ਨੂੰ ਉਹਨਾਂ ਨੂੰ ਆਫਰ ਲੈਟਰ ਦੇ ਦਿੱਤੇ ਗਏ ਪਰ ਅਪੁਆਇੰਟਮੈਂਟ ਲੈਟਰ ਦੀ ਬੜੀ ਉਡੀਕ ਦੇਖੋ ਦੇਖੋ ਸੋਢੀ ਸਾਹਿਬ ਹੁੰਦਾ ਕੀ ਹੈ ਮੈਂ ਉਸਾਰੇ ਅਸੀਂ ਵੀ ਸੰਘਰਸ਼ਾਂ ਚੋਂ ਨਿਕਲੇ ਹੋਏ ਨੇ ਉਹਨਾਂ ਨੂੰ ਕਦੀ ਕਦੀ ਇਹ ਲੱਗਦਾ ਯਾਰ ਅੱਛਾ ਹੋਣੇ ਮੰਤਰੀ ਬਣ ਗਿਆ ਸ਼ਾਇਦ ਇਹ ਬਦਲਗੇ ਹੋਣਗੇ ਬਹੁਤ ਕੁਝ ਲਿਖ ਦੇਣੇ ਕਈ ਵਾਰੀ ਬਹੁਤ ਦਿਲ ਨੂੰ ਬਹੁਤ ਥੇਸ ਵੀ ਪਹੁੰਚਦੀ ਹੈ ਕਿ ਅਸੀਂ ਜਿਨ੍ਹਾਂ ਲਈ ਇੰਨੀ ਮਿਹਨਤ ਕਰਦੇ ਹਾਂ ਉਹ ਹੀ ਤੁਹਾਡੇ ਖਿਲਾਫ ਜਾਨੀ ਪਤਨ ਤੇ ਕਈ ਤਾਂ ਇਸ ਹੱਦ ਤੱਕ ਜਾਨੀ ਮर्यादा ਦੀ ਸਾਰੀ ਫਿਰ ਮੈਨੂੰ ਇਹ ਵੀ ਸੋਚਣ ਦੇ ਮਨ ਗਿਆ ਯਾਰ ਇਹ ਬੰਦੇ ਜਾ ਕੇ ਸਕੂਲਾਂ 'ਚ ਵੀ ਪੜ੍ਹਾਣਗੇ ਹੁਣ ਦੇਖੋ ਅਸੀਂ ਜੁਆਇਨਿੰਗ ਲੈਟਰ ਦੇ ਦਿੱਤੇ ਇਹਨਾਂ ਦੇ ਵਿੱਚੇ ਕੁਝ ਸਾਥੀ ਜਾ ਕੇ ਕੋਟਾਂ 'ਚ ਕੇਸ ਕਰਦੇ ਨੇ ਕੋਟਾਂ ਸਟੇ ਕਰ ਦਿੰਦੀਆਂ ਨੇ ਪਿਛਲੀਆਂ ਸਰਕਾਰਾਂ ਦੇ ਕੇਸ 2011 ਦੇ ਕੇਸ ਅਜੇ ਤੱਕ ਪੁੱਜ ਰਹੇ ਅਸੀਂ 2006 ਦੇ 2007 ਦੇ ਵੀ ਹੈਂਡਲਡ दैट ਕੇਸ ਉਸ ਭਰਤੀ ਨੂੰ ਬਚਾਇਆ ਠੀਕ ਹੈ ਜੀ ਉਸ ਦਾ ਫੈਸਲਾ 28 ਤਰੀਕ ਨੂੰ ਆਇਆ ਸ਼ਾਮੀ ਤੇ ਆਰਡਰ ਜਿਹੜਾ ਉਹ ਕੱਲ ਆਇਆ ਅਸੀਂ ਯਾਨੀ ਤੁਸੀਂ ਦੇਖੋ ਫਿਰ ਵੀ ਸਰਕਾਰ ਮਾਰੀ ਫਿਰ ਵੀ ਭਗਵੰਤ ਮਾਨ ਮੁਰਦਾਬਾਦ ਫਿਰ ਵੀ ਹਰਜੂਤ ਬੈਂਸ ਮੁਰਦਾਬਾਦ ਇਹ ਹੈ ਦੇਖੋ ਅਸੀਂ ਪਰ ਜਿੰਨੀ ਜਲਦੀ ਹੋ ਸਕੇ ਇਸ ਹੀ ਹਫਤੇ ਹੁਣ ਨਾਉ ਇਟ ਇਜ਼ ਕਲੀਅਰ ਲੀਗਲੀ ਕਲੀਅਰ ਹੈ ਕਿਉਂਕਿ ਸਾਡੇ ਕਦੀ ਤਾਂ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾ ਸਟੇਲ ਆ ਦਿੰਦਾ ਕਦੀ ਹਾਈ ਕੋਰਟ ਸਟੇਲ ਆ ਦਿੰਦੀ ਹੈ ਐਂਡ ਸਾਡੀ ਮਜਬੂਰੀ ਹੈ ਕਿ ਉਸ ਦੋਨੋਂ ਸੰਸਥਾਵਾਂ ਸਾਡੇ ਤੋਂ ਉੱਤੇ ਆ ਠੀਕ ਹੈ ਠੀਕ ਹੈ ਨਾ ਇਸ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਸਾਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਹਰ ਨਹੀਂ ਜਾ ਸਕਦੇ ਪਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਨੂੰ ਮੈਂ ਖੁਦ ਵਕੀਲ ਹਾਂ ਜੀ ਤਾਂ ਮੈਂ ਖੁਦ ਉਸ ਨੂੰ ਪਰਸੀਊ ਕਰਦਾ ਕਿਉਂਕਿ ਸਾਨੂੰ ਤਾਂ ਟੀਚਰਸ ਚਾਹੀਦੇ ਮੇਰੇ ਤਾਂ ਸਕੂਲ ਖਾਲੀ ਮੇਰੇ ਆਪਣੇ ਹਲਕੇ ਚ ਖਾਲੀ ਪਏ ਨੇ ਜੀ ਮੈਂ ਆਪਣੇ ਕੋ ਰਿਸ਼ਤੇਦਾਰਤਾ ਭਰਤੀ ਕਰਨੇ ਹੀ ਨਹੀਂ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਬੈਂਸ ਸਾਹਿਬ ਕਹਿੰਦੇ ਜੇ ਜਿਸ ਮੁਲਕ ਦੇ ਜਾਂ ਜਿਸ ਸੂਬੇ ਦੇ ਟੀਚਰ ਹੀ ਹਾਲੇ ਤੱਕ ਸੰਤੁਸ਼ਟ ਨਹੀਂ ਉਹਨਾਂ ਦਾ ਭੁਵਿੱਖ ਨਹੀਂ ਬਣਿਆ ਨਿਆਣਿਆਂ ਦਾ ਭੁਵਿੱਖ ਹੀ ਬਣੂਗਾ ਮੈਂ ਨਹੀਂ ਹੁਣ ਬਹੁਤ ਵਧੀਆ ਮਹਿਕਮਾ ਜੀ ਦੇਖੋ ਸੋਟੀ ਸਾਹਿਬ ਤਰਨਾ ਤੁਰਨ ਵਾਲੀ ਗੱਲ ਤੋਂ ਕਹਿੰਦੇ ਪਹਿਲਾਂ ਪ੍ਰਗਟ ਸਿੰਘ ਦੀ ਕੋਠੀ ਕੀ ਰੱਖਦੇ ਸੀ ਹੁਣ ਵੀ ਐਜੀਟੇਸ਼ਨ ਬਹੁਤ ਚੱਲਦੇ ਆ ਮੇਰੇ ਮੇਰੇ ਕੋਈ ਐਜੀਟੇਸ਼ਨ ਨਹੀਂ ਮੈਂ ਬਹੁਤ ਸੁਖੀ ਆ ਜੀ ਆਪਣੇ ਸਾਰੇ ਟੀਚਰਸ हां मैं कहवां मैं ਹੁਣ ਤੱਕ ਦਾ ਸਭ ਤੋਂ ਖੁਸ਼ੀ ਦੇਖੋ ਮੇਰੇ ਚਿਹਰੇ ਤੇ ਸਾਨੂੰ ਬਾਹਰਲੇ ਮੁਲਕਾਂ ਵਾਲੇ ਬਹੁਤ ਮਖੌਲ ਕਰਦੇ ਜਦੋਂ ਬਾਹਰ ਜਾਂਦਾ ਕਹਿੰਦੇ ਇਹ ਤੁਹਾਡੇ ਦਾ ਟੀਚਰ ਧਰਨੇ ਤੇ ਬੈਠ ਰਹੇ ਨੇ ਦੇਖੋ ਇੱਕ ਇੱਕ ਛਵੀ ਦੀ ਗੱਲ ਹੈ ਜੀ ਜੋ ਦਿਖਾਉਂਗੇ ਜੋ ਦਿਖਾਇਆ ਗਿਆ ਉਹੀ ਪਤਾ ਲੱਗਦਾ ਯਾਨੀ ਜਦੋਂ ਮੈਂ ਸਿੱਖਿਆ ਮਹਿਕਮਾ ਮੈਨੂੰ ਮਿਲਿਆ ਮੈਨੂੰ ਕਿਸੇ ਨੇ ਮੁਬਾਰਕਬਾਦ ਨਹੀਂ ਦਿੱਤੀ ਸਭ ਨੇ ਕਿਹਾ ਕਿ ਅੱਛਾ ਜੀ ਆ ਕੀ ਹੋਇਆ ਬਹੁਤ ਬਾੜਾ ਅਫਸੋਸ ਤੁਸੀਂ ਇਸ ਧਾਰਨਾ ਨੂੰ ਕਿੰਨਾ ਕੁ ਮੰਨਦੇ ਹੋ ਕਹਿੰਦੇ ਬੰਦਾ ਐਜੂਕੇਸ਼ਨ ਮਿਸਟਰ ਬਣ ਜੇ ਬਾਅਦ ਚ ਜਦ ਤੱਕ